ਪਤਾ ਹੈ ਸਾਡੇ ਵਲੌਗ ਆਉਂਦੇ ਰਹਿੰਦੇ ਆ ਬਟ ਅੱਜ ਸਾਡਾ ਕੋਈ ਵਲੌਗਿੰਗ ਕਰਨ ਦਾ ਵਿਚਾਰ ਨਹੀਂ ਸੀਗਾ ਜਿਵੇਂ ਕਿ ਤੁਹਾਨੂੰ ਲਾਸਟ ਵਲੌਗ ਦੇ ਵਿੱਚ ਕਿਚਨ ਵਲੌਗ ਦੇ ਵਿੱਚ ਅਸੀਂ ਦਿਖਾਇਆ ਸੀਗਾ ਕਿ ਸਾਡਾ ਇੱਕ ਮਾਈਕਰੋ ਓਵਨ ਖਰਾਬ ਹੋ ਚੁੱਕਿਆ ਸੀਗਾ ਤੇ ਅਗਲੇ ਦਿਨ ਹੀ ਅਸੀਂ ਐਮਾਜ਼ੋਨ ਖੋਲਿਆ ਤੇ ਉਹਦੇ ਵਿੱਚ ਇੱਕ ਨਵਾਂ ਓਵਨ ਐਲਜੀ ਦਾ ਆਰਡਰ ਕੀਤਾ ਜਿਹਦੇ ਬਾਰੇ ਕਾਫੀ ਸੁਣਿਆ ਵੀ ਹੈ ਤੇ ਦੇਖਿਆ ਵੀ ਹੈ ਸੋ ਅਸੀਂ ਸੋਚਿਆ ਕਿ ਕਿਉਂ ਨਾ ਇਹਦੀ ਮੰਗਾ ਲਈਏ ਜਦੋਂ ਅੱਜ ਜਦੋਂ ਅਸੀਂ ਆਰਡਰ ਕੀਤਾ ਤੇ ਅੱਜ ਹੀ ਡਿਲੀਵਰੀ ਆਇਆ ਹੈ ਸਾਡੇ ਕੋਲ ਆਇਆ ਪਹੁੰਚਿਆ ਹੈ ਤੇ ਮੈਂ ਨਾਲ ਦੀ ਨਾਲ ਸੋਚਿਆ ਕਿ ਚਲੋ ਅੱਜ ਦਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਕਿ ਓਵਨ ਕਿਸ ਤਰ੍ਹਾਂ ਦਾ ਹੈ ਇਹਦੇ ਫੀਚਰ ਸ਼ੇਅਰ ਕਰਨੇ ਚਾਹੀਦੇ ਆ ਇਹ ਤੁਹਾਨੂੰ ਖਰੀਦਣਾ ਚਾਹੀਦਾ ਕਿ ਨਹੀਂ ਖਰੀਦਣਾ ਚਾਹੀਦਾ ਜੇ ਸਾਨੂੰ ਵੀ ਪਸੰਦ ਨਾ ਆਇਆ ਤੇ ਅਸੀਂ ਵੀ ਵਾਪਸ ਕਰ ਦਾਂਗੇ ਐਮਾਜ਼ਨ ਵਾਲਿਆਂ ਨੂੰ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਪ੍ਰਾਈਸਿੰਗ ਦੱਸਾਂਗੇ ਇਹਦੀ ਕਿ ਕਿੰਨੇ ਦਾ ਤੁਹਾਨੂੰ ਪਿਆ ਆ ਆਫਰ ਦੇ ਵਿੱਚ ਤੇ ਇਹਦੇ ਕੀ ਫੀਚਰ ਹੈ ਇਹਦੇ ਵਿੱਚ ਸਭ ਕੁਝ ਵੈਸੇ ਆਲਮੋਸਟ ਬਣਦਾ ਆ ਸਬਜ਼ੀਆਂ ਤੱਕ ਬਣਦੀਆਂ ਨੇ ਰੋਟੀਆਂ ਵੀ ਬਣਦੀਆਂ ਨੇ ਮੈਂ ਇਹਦੇ ਚ ਸੁਣਿਆ ਹੈ ਸਰ ਵਿੱਚ ਇੱਕ ਮੇਨ ਚੀਜ਼ ਹੈ ਕਿ ਮਾਈਕ੍ਰੋਵੇਵ ਐਂਡ ਓਵਨ ਦੋਨੋਂ ਚੀਜ਼ਾਂ ਕੰਬਾਈਨ ਨੇ ਸੋ ਇਹਦੇ ਚ ਬੇਕਿੰਗ ਵੀ ਕਰ ਸਕਦੇ ਆ ਤੇ ਕੁਕਿੰਗ ਵੀ ਕਰ ਸਕਦੇ ਆ ਜੋ ਇਹ ਫੀਚਰ ਅੱਛਾ ਹੈ ਇਹਦੇ ਵਿੱਚ ਇੱਕ ਸਪੈਸ਼ਲ ਚੀਜ਼ ਹੈ ਕਿ ਚਾਰਕੋਲ ਲਾਈਟਿੰਗ ਹੀਟਰ ਦੇ ਵਿੱਚ ਐਡ ਕੀਤਾ ਗਿਆ ਹੈ ਹੈਲਦੀ ਹਾਰਟ ਵਾਸਤੇ ਹੈਲਦੀ ਯੂ نو ਸਾਰਾ ਕੁਝ ਵਾਸਤੇ ਤੇ ਕਾਫੀ ਅੱਛਾ ਹੈ ਇੰਡੀਅਨ ਰੋਟੀ ਮੇਕ ਪਲੇਟ ਦਿੱਤੀ ਹੋਈ ਹੈ ਇਹਨਾਂ ਨੇ ਗਲਾਸ ਪਲੇਟ ਦਿੱਤੀ ਹੈ ਇਹਦੇ ਤੇ ਕੀ ਬੰਦਾ ਹੈ ਇਹਦੇ ਉੱਪਰ ਹੀ ਸਾਰਾ ਕੁਝ ਰੱਖੀਦਾ ਅੱਛਾ ਇਹਦੇ ਤੇ ਇਹਦੀ ਘੁੰਮਦੀ ਹੁੰਦੀ ਆ ਨਾਲ ਦਿੱਤਾ ਇਹਨਾਂ ਨੇ ਰੇੜੂ ਜਾਂ ਰੇੜੂ ਨਹੀਂ ਇਹਦਾ ਸਟੈਨ ਹੁੰਦਾ ਹੈ ਤੇ ਘੁੰਮਦਾ ਕਿਵੇਂ ਲੱਗ ਰਿਹਾ ਮੈਂ ਨਵੇਂ ਮਾਈਕ੍ਰੋਵੇਵ ਨਾਲ ਮਾਈਕ੍ਰੋਵੇਵ ਬਹੁਤ ਸੋਹਣਾ ਲੱਗ ਰਿਹਾ ਮੈਂ ਲੈਣਾ ਪਾਣੀ ਚਲੋ ਆ ਜੋ ਫੀਚਰ ਦਿਖਾਈਏ ਤੁਹਾਨੂੰ ਵੈਸੇ ਆਨਲਾਈਨ ਦੇ ਵਿੱਚ ਪੀਸ ਤੇ ਸੋਹਣਾ ਆਇਆ ਤੇ ਇਹ ਨਵੇਂ ਡਿਜ਼ਾਈਨ ਦੇ ਨਾਲ ਖੁੱਲਦਾ ਆ ਤੁਹਾਨੂੰ ਇਹ ਖੋਲ ਕੇ ਦਿਖਾਉਂਦੇ ਆ ਦੇਖੋ ਬਾਕੀ ਸਾਰੇ ਸਾਈਡ ਦਰਵਾਜ਼ੇ ਤੋਂ ਖੁੱਲਦਾ ਇਹ ਨੀਚੇ ਤੱਕ ਖੁੱਲਦਾ ਹੈ ਦੇਖੋ ਇਸ ਤਰ੍ਹਾਂ ਇਹਦਾ ਪਤਾ ਨਹੀਂ ਕਿਹੜੇ ਕੋਲੇ ਵੱਜ ਜਾਂਦਾ ਠਾਹ ਕਰਦਾ ਪੂਰਾ 90 ਡਿਗਰੀ ਤੱਕ ਘੁੰਮਦਾ ਥੱਲੇ ਤੱਕ ਇਹਦੇ ਵਿੱਚ ਹੁਣ ਦੇਖਦੇ ਆਪਾਂ ਕੀ ਨਿਕਲਦਾ ਜਸਟ ਪਲੇਟਿੰਗ ਦਿੱਤੀ ਹੋਈ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਇਹਦੇ ਵਿੱਚ ਸਭ ਕੁਝ ਬਣਦਾ ਆ ਆ ਨਵੀਆਂ ਨਵੀਆਂ ਚੀਜ਼ਾਂ ਐਡ ਵਾ ਇਹਨਾਂ ਨੇ ਦਿੱਤੀਆਂ ਇੱਕ ਗ੍ਰਿਲ ਆ ਦੋ ਗ੍ਰਿਲਸ ਆ ਇੱਕ ਛੋਟੇ ਰੈਕ ਵਾਲੀ ਆ ਇੱਕ ਵੱਡੇ ਰੈਕ ਵਾਲੀ ਆ ਇਹ ਇਹਦੇ ਤੇ ਸ਼ਾਇਦ ਇਦਾਂ ਪਲੇਟ ਰੱਖੀ ਜਾਏਗੀ ਤੇ ਨਾਲ ਪਤਾ ਨਹੀਂ ਸਟੈਂਡ ਆ ਕਿ ਗੰਦਾ ਗੁੰਦਾ ਨਾ ਹੋਵੇ ਤੇ ਇਹ ਵਾ ਜਿਹੜਾ ਸੀਖ ਕਬਾਬ ਲਈ ਇਹ ਵਾਲੇ ਸੋ ਇਦਾਂ ਕਰਕੇ ਕੁਛ ਲੱਗੇਗਾ ਇਹਦੇ ਵਿੱਚ ਠੀਕ ਆ ਚਲੋ चपाती कॉर्नर कुकिंग माइक्रो ग्रिल किद्दां रखा जांदा यार ਚਲਣਾ ਵੀ ਸਟਾਰਟ ਹੋ ਗਿਆ ਸੋ ਗਾਇਸ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਾਫੀ ਕੁਝ ਬਣਾ ਸਕਦੇ ਆ
ਬਟ ਹਜੇ ਤੁਹਾਨੂੰ ਜੇ ਬਣਾ ਕੇ ਨਹੀਂ ਦਿਖਾ ਸਕਦੇ ਹੋ ਕਿ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਸਾਡੇ ਕੋਲ ਇੰਨਾ ਟਾਈਮ ਹੈ ਤਾਂ ਤੁਹਾਨੂੰ ਮੈਂ ਮੇਨ ਫੀਚਰ ਦੱਸਦਾ ਜੋ ਇਹਦੇ ਜ਼ਿਆਦਾ ਇੰਪੋਰਟੈਂਟ ਨੇ ਫਸਟ ਹੈ ਹਾਈ ਔਨ ਟੇਸਟ ਲਾਈਟ ਔਨ ਵੇਸਟ ਮੇਕ ਇੰਡੀਅਨ ਰੋਟੀਜ਼ ਇਹਦੇ ਵਿੱਚ ਇੰਡੀਅਨ ਰੋਟੀ ਬਹੁਤ ਆਰਾਮ ਨਾਲ ਬਣ ਸਕਦੀ ਹੈ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਾਫੀ ਨੇ ਐਂਡ ਇਹਦੇ ਵਿੱਚ ਮੇਨ ਫੀਚਰ ਹੈ ਘਿਓ ਕੱਢਣ ਦਾ ਆਪਣਾ ਘੀ ਜਿਹੜਾ ਕਿ ਆਪਾਂ 12 ਮਿੰਟਾਂ ਦੇ ਵਿੱਚ ਆਪਾਂ ਇਹਨੂੰ ਬਣਾ ਸਕਦੇ ਹਾਂ ਮੱਖਣ ਲਓ ਉਹਨੂੰ ਫਿੰਟੋ ਜੋ ਵੀ ਤੁਸੀਂ ਕਰਨਾ ਘੀ ਵਾਲਾ ਬੈਟਰ ਜਿਹੜਾ ਹੁੰਦਾ ਇਹਦੇ 'ਚ ਰੱਖੋ ਐਂਡ 12 ਮਿੰਟਾਂ ਦੇ ਟਾਈਮ ਸੈੱਟ ਕਰ ਦਿਓ ਤਾਂ ਤੁਹਾਡਾ ਘਿਓ ਤਿਆਰ ਹੋ ਜੂਗਾ ਪਾਣੀ ਕੀ ਜਾਣ ਕਿ ਜ਼ਿਆਦੀ ਮਿਹਨਤ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਇਸ ਜਿਵੇਂ ਕਿ ਤੁਸੀਂ ਵੇਖ ਸਕਦੇ ਆਪਾਂ ਘਿਓ ਕੱਢ ਸਕਦੇ ਹਾਂ ਘਿਓ ਦੇ ਨਾਲ ਹੀ ਆਪਾਂ ਇਹਨੂੰ ਜਿਹੜਾ ਕਿ ਆਲਮੋਸਟ ਜਦੋਂ ਆਪਾਂ ਗੈਸ ਤੇ ਬਣਾਉਂਦੇ ਤਾਂ ਆਪਾਂ ਨੂੰ ਕਾਫੀ ਖਲਾਰਾ ਪੈ ਜਾਂਦਾ ਸੋ ਜੇ ਇਹਦੇ ਵਿੱਚ ਵੀ ਖਲਾਰਾ ਪਊ ਤੇ ਉਹਨਾਂ ਨੇ ਇਹਨੂੰ ਸਾਫ਼ ਕਰਨ ਵਾਸਤੇ ਵੀ ਇੱਕ ਟੈਕਨੀਕ ਦੱਸੀ ਹੋਈ ਆ ਉਹਦੇ ਚ ਦੱਸਿਆ ਕਿ ਉਹਨਾਂ ਨੇ 30 ml 300 ml ਉਹਨਾਂ ਨੇ ਬਾਉਲ ਦੇ ਵਿੱਚ ਪਾਣੀ ਪਾ ਦੋ ਤੇ ਇਹਦੇ ਚ ਰੱਖ ਦੋ ਐਂਡ ਤੁਹਾਡਾ ਮਾਈਕ੍ਰੋਵੇਵ ਉਹਦੀ ਸਟੀਮ ਨਾਲ ਹੀ ਪੂਰਾ ਕਲੀਨ ਹੋ ਜਾਊਗਾ ਆਟੋ ਕਲੀਨ ਹੋ ਜਾਏਗਾ ਆਟੋ ਕਲੀਨ ਹੋ ਜਾਊਗਾ ਐਂਡ ਜਮਸ ਫ੍ਰੀ ਹੋ ਜਾਊਗਾ ਸੋ ਜੋ ਕਿ ਬਹੁਤ ਹੀ ਵਧੀਆ ਐਂਡ ਗੁੱਡ ਪੁਆਇੰਟ ਹੈ ਐਂਡ ਇਹਦੇ ਵਿੱਚ ਕਾਫੀ ਸਾਰੇ ਆਪਾਂ ਸਾਫ ਵੀ ਬੜੇ ਆਸਾਨੀ ਨਾਲ ਕਰ ਸਕਦੇ ਹਾਂ दोस्तों ये होर भी काफ़ी फीचर ने बाकी मैनू तो यह वधिया लगा बाकी आप इनू वापस नहीं करांगे क्योंकि ये वधिया पीस है ठीक है तो ये सानू उस तरह के एम आर पी है 32,000 ये सानू पाया 22,000 का यानी कि 10,000 रुपया एमाजोन आलिया ने सानू गिफ्ट दिता ਹੁਣ ਮਿਲਦੇ ਆ ਆਪਾਂ ਨੈਕਸਟ ਵਲੌਗ ਤੇ ਇਹ ਸਾਡਾ ਸਰਪ੍ਰਾਈਜ਼ਿੰਗ ਵਲੌਗ ਸੀਗਾ ਚਲੋ ਸਾਡਾ ਅਸੀਂ ਕੀਤਾ ਸੀਗਾ ਸੋ ਤੁਹਾਨੂੰ ਪਸੰਦ ਆਇਆ ਹੋਵੇ ਐਂਡ ਜੇ ਤੁਸੀਂ ਮਾਈਕ੍ਰੋਵੇਵ ਲੈਣ ਦੀ ਸੋਚ ਰਹੇ ਹੋ ਤੇ ਇਸ ਬਾਰੇ ਜ਼ਰੂਰ ਸੋਚਿਓ ਕਿ ਕੇਅਰ ਵਿੱਚ ਕਾਫੀ ਅੱਛੇ ਫੀਚਰਸ ਨੇ ਐਂਡ ਵੀ ਲਵ ਇਟ ਐਂਡ ਹੋਪ ਕਿ ਤੁਹਾਨੂੰ ਪਸੰਦ ਆਵੇ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਨਵੇਂ ਨਵੇਂ ਵਲੌਗ ਦੇਖਦੇ ਰਹੋ